ਸਸ਼ੀ ਗੱਲ ਜੀ ਸਾਰਿਆਂ ਨੂੰ ਔਰ ਅਬ ਦੀ ਐਮ ਆਰ ਆਈ ਦੀ ਪਰਚੀ ਕੱਢੋ ਅੱਜ ਬਾਈ ਜੀ ਅਸੀਂ ਲਾਈਵ ਆਂ ਬੁੱਚੜਖਾਨੇ ਤੋਂ ਤੇ ਅੱਜ ਦੀ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਨੂੰ ਕਹਿਣੀ ਚਾਹੁੰਦਾ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ੇਅਰ ਕਰਨ ਦਾ ਕਾਰਨ ਇਹ ਹੈ ਵੀ ਸ਼ੇਅਰ ਕਰ ਜੇ ਅੱਜ ਤੁਸੀਂ ਸ਼ੇਅਰ ਕਰਦੇ ਹੋ ਨਾ ਤੇ ਸ਼ੇਅਰ ਦੇ ਨਾਲ ਤੁਹਾਡੇ ਹੀ ਬੱਚੇ ਬਚਣਗੇ ਤੁਹਾਡੇ ਹੀ ਘਰਾਂ ਨੇ ਦੇ ਤੁਹਾਡੇ ਹੀ ਬੱਚੇ ਬਚਣਗੇ ਤੁਹਾਡੇ ਹੀ ਪਰਿਵਾਰ ਦਾ ਫਾਇਦਾ ਹੋਣਾ ਮੇਰਾ ਇਹਦੇ ਵਿੱਚ ਕੋਈ ਨਹੀਂ ਨੁਕਸਾਨਗਾ ਕਿਉਂਕਿ ਇਸ ਹਸਪਤਾਲ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਵਿਖਾਇਆ ਇੱਕ ਵੀ ਮਰੀਜ਼ ਜਿਹੜਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜਿੰਨਾ ਆਸਤੇ ਮੈਂ ਇੱਥੇ ਆਇਆਗਾ ਤੇ ਇਸੇ ਲਈ ਲਾਈਵ ਹੋਇਆ ਵੀ ਅੱਜ ਜੇ ਤੁਹਾਡੇ ਅੱਗੇ ਭਰਾ ਸਮਝ ਜਾਣਗੇ ਜੇ ਤੁਹਾਡੇ ਅੱਗੇ ਭਰਾ ਇਸ ਚੀਜ਼ ਦੇ ਨਾਲ ਸਾਡੇ ਨਾਲ ਖੜਨਗੇ ਤੇ ਸ਼ਾਇਦ ਇਸ ਚੀਜ਼ ਦਾ ਬਚਾਅ ਹੋ ਸਕਦਾ ਤੇ ਨਹੀਂ ਤੇ ਫਿਰ ਆਉਣ ਵਾਲੇ ਟਾਈਮ ਤੇ ਵਿੱਚ ਬਾਈ ਜੀ ਆਪਾਂ ਇਲਾਜ ਨੂੰ ਵੀ ਤਰਸਣ ਵਾਲੇ ਆ ਇਹ ਗੱਲ ਕੌੜੀ ਹੈ ਪਰ ਸੱਚੀ ਹੈ ਵੀ ਇਲਾਜ ਨੂੰ ਤੁਸੀਂ ਤਰਸੋਗੇ ਹਰੋਂ ਮੇਰਾ ਮਾਤੜ ਵੀਰ ਮੇਰੇ ਨਾਲ ਖੜੇ ਜਿਹੜਾ ਮਾਤੜ ਆ ਜਿਹੜਾ 2-300 ਦਿਹਾੜੀ ਲੈਂਦਾ ਦੇਖੋ ਜਿਹੜਾ ਬੰਦਾ ਤਕੜਾ ਹੈ ਉਹਨੇ ਇੱਥੇ ਨਹੀਂ ਆਉਣਾ ਉਹਨੇ 40s ਚ ਡੀ ਐਮ ਸੀ ਚ ਵੱਡੇ ਹਸਪਤਾਲਾਂ ਦੇ ਵਿੱਚ ਜਾਣਾ ਤੇ ਜਿਹੜੇ ਮਾਤੜ ਬੰਦੇ ਮੇਰੀ ਵੀਡੀਓ ਵੇਖ ਰਹੇ ਆ ਨਾ ਤੇ ਬਾਈ ਜੀ ਇੱਕ ਚੀਜ਼ ਮੈਂ ਤੁਹਾਡੇ ਧਿਆਨ ਚ ਕਰਨੀ ਚਾਹੁੰਦਾ ਵੀ ਕੱਠ ਕਰਨ ਦੀ ਸੋਚ ਲਓ ਜੇ ਅੱਜ ਲੜੋਂਗੇ ਤੁਹਾਡੇ ਬੱਚੇ ਤੁਹਾਡੀਆਂ ਜਿਹੜੀਆਂ ਆਸੇ ਪਾਸੇ ਦੇ ਲੋਕ ਆ ਵੱਜ ਜਾਣਗੇ ਜੇ ਤੁਸੀਂ ਅੱਜ ਨਹੀਂ ਲੜਦੇ ਤੇ ਮੇਰੇ ਹਿਸਾਬ ਦੇ ਨਾਲ ਤੁਹਾਡਾ ਕੁਝ ਨਹੀਂ ਬਣਨਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆ ਵਿਖਾ ਦਿਆਂ ਵੀ ਧਿਆਨ ਨਾਲ ਚੈੱਕ ਕਰ ਲਓ 23 7 2022 ਨੂੰ ਇਹ ਐਮ ਆਰ ਆਈ ਲਿਖੀ ਸੀ ਬੱਚੀ 23/7/2022 ਨੂੰ 4350 ਰੁਪਏ ਦੀ ਐਮ ਆਰ ਆਈ ਲਿਖੀ ਸੀਗੀ ਏ ਐਮ ਆਰ ਆਈ ਨੂੰ ਅਜ 20 ਦਿਨ ਹੋ ਚੱਲੇ ਐ ਬਾਈ ਇਹ ਐਮ ਆਰ ਆਈ ਹੋਈ ਕਿਉਂ ਨਹੀਂ ਅਜੇ ਤੱਕ ਇਹ ਕਹਿੰਦੇ ਜੀ ਵੀ ਮਸ਼ੀਨ ਖਰਾਬ ਆ ਮਸ਼ੀਨ ਖਰਾਬ ਕਿੰਨੇ ਦਿਨ ਹੋ ਚੱਲੇ ਜੀ ਮੈਨੂੰ 1 ਮਹੀਨਾ ਹੋ ਚੱਲਿਆ ਜੀ 1 ਮਹੀਨੇ ਦੇ ਨੀਅਰ ਅਬਾਊਟ ਹੋਣ ਵਾਲਾਗਾ ਹਾਂ 1 ਮਹੀਨੇ ਦੇ ਨੇੜੇ ਹੀ ਹੋ ਚੱਲਿਆ ਜੀ ਅੱਛਾ ਤੇ ਕੀ ਕਹਿੰਦੇ ਮਸ਼ੀਨ ਖਰਾਬ ਆ ਜਦੋਂ ਮੈਂ ਜਾਂਦਾ ਉਹ ਆਖਦੇ ਨੇ ਮਸ਼ੀਨ ਖਰਾਬ ਆ ਦੱਸਿਆ ਨਹੀਂ ਕਦੋਂ ਮਸ਼ੀਨ ਚੱਲੂਗੀ ਆਖਦੇ ਨੇ ਕਦੇ ਆਖਦੇ ਨੇ 15 ਦਿਨਾਂ ਚੱਲੂਗੀ 20 ਦਿਨਾਂ ਨੂੰ ਚੱਲੂਗੇ ਤੇ 4 ਦਿਨਾਂ ਨੂੰ ਚੱਲੂਗੀ ਬਸ ਐਵੇਂ ਹੀ ਕਰੀ ਜਾਂਦੇ ਆ ਆ ਕੱਲ ਪਰਸੋ ਮੈਂ ਫੇਰ ਜਾ ਕੇ ਆਇਆ ਕ ਰਹੀ ਹੈ ਨਾ ਜਿਹੜੀ ਅੰਦਰੋਂ ਹੋਣੀ ਹੈ ਭਜ ਨਸ ਕੇ ਫ੍ਰੀ ਹੋ ਜਾਣੀ ਸੀਗੀ ਤਰਲੇ ਮਿੰਨਤਾਂ ਕਰਕੇ ਕਿ ਪੂਰ ਫ੍ਰੀ ਕਰ ਦੋ ਪੂਰ ਫ੍ਰੀ ਕਰ ਦੋ ਪਰ ਜਿਹੜੀ ਏਸੇ ਐਮ ਆਰ ਆਈ ਦਾ ਜਿਹੜਾ ਬਾਹਰ ਦਾ ਰੇਟ ਹੈ ਉਹ ਹੈਗਾ ਬਾਈ ਜੀ 10000 ਰੁਪਇਆ ਇਹ ਬੰਦਾ ਅੱਜ ਆਉਦੇ ਬੱਚੇ ਦਾ ਇਲਾਜ ਕਰਉਣ ਤੋਂ ਵੀ ਸਮਰਥ ਹੈ ਤੇ ਮੈਨੂੰ ਦੱਸਿਓ ਜੇ ਵੀ ਇਹਨੂੰ ਮੈਂ ਕਿੱਥੇ ਭੇਜਾਂ ਵੀ ਜਿਹਦੇ ਨਾਲ ਇਸ ਬੱਚੇ ਦਾ ਇਲਾਜ ਹੋ ਜਾਏ ਜਿਹਦੇ ਨਾਲ ਇਹਦੀ ਐਮ ਆਰ ਆਈ ਹੋ ਜਾਏ ਮੇਰੀ ਗੱਲ ਸੁਣ ਇੱਥੇ ਮਸ਼ੀਨ ਖਰਾਬ ਹੈ ਪਿਛਲੇ 20 ਦਿਨ ਤੋਂ ਮਸ਼ੀਨ ਖਰਾਬ ਹੈ ਮਰੀਜ਼ ਪਟਕ ਰਹੇ ਆ ਆ ਬੰਦਾ ਇਨੇ ਆਪਦੀ ਫਰਿੱਜ ਤੱਕ ਗਹਿਣੇ ਧਰੀ ਆ ਆ ਇਹਦੀ ਪਰਚੀ ਆ 2850 ਰੁਪਏ ਦੀ ਐਮ ਆਰ ਆਈ ਲਿਖੀ ਹੈ ਇਹਦੀ ਤੇ ਇਹ ਐਮ ਆਰ ਆਈ ਜਿਹੜੀ 2850 ਦੀ ਲਿਖੀ ਹੈ ਬਾਹਰ ਜਦੋਂ ਅਸੀਂ ਪੁੱਛਿਆ ਬਾਹਰ ਇਸ ਐਮ ਆਰ ਆਈ ਦਾ ਰੇਟ 15000 ਰੁਪਏ ਦੱਸਿਆ ਗਿਆ ਬਈ ਇਹ ਐਮ ਆਰ ਆਈ 15000 ਰੁਪਏ ਦੀ ਬਈ ਕੀ ਕੁਝ ਵੇਚ ਕੇ ਤੇ ਕੀ ਕੁਝ ਗਹਿਣੇ ਕਰਕੇ ਆਇਆ ਬਾਈ ਜੀ ਫਰਿੱਜ ਵੀ ਵੇਚੀ ਹੈ ਜੀ 16000 ਦੀ ਲੈ ਕੇ 7000 ਦੀ ਵੇਚੀ ਹੈ ਜੀ 25000 ਦਾ ਮੋਟਰਸਾਈਕਲ ਲੈ ਆਇਆ 16000 ਦਾ ਉਹ ਵੇਚਿਆ ਜੀ ਤੇ ਬਾਈ ਜੀ ਬੁੜੀਆਂ ਦੇ ਮੁਰਕੀਆਂ ਤੱਕ ਵੀ ਵੇਚਤੀ ਐ ਇਹੀ ਇਲਾਜ ਕਰਾਉਣੀ ਹੁਣ ਮੈਨੂੰ ਦੱਸੋ ਵੀ ਇਹ ਬੰਦਾ ਜਿਹੜੀ ਜਿਹਦੀ 2850 ਦੀ ਇੱਥੇ ਅੰਦਰਲੀ ਐਮ ਆਰ ਆਈ ਅੰਦਰਲੀ ਸਕੈਨ ਚੋ ਜੇ ਕਰਾਉਂਦਾ 2850 ਤੇ ਜੇ ਮੰਨ ਲਓ ਮੈਂ ਤਰਲਾ ਕਰਦਾ ਫ੍ਰੀ ਹੋ ਜਾਣੀ ਸੀ ਇਹ ਐਮ ਆਰ ਆਈ ਬਾਹਰੋਂ ਜਿਹੜੀ ਪੁੱਛੀ 15000 ਦੀ ਬੋਲੀ ਉਹਨਾਂ ਨੇ ਬਾਹਰੋਂ 15000 ਦੀ ਬੋਲੀ ਯਾਰ ਸ਼ਰਮ ਆਉਣੀ ਚਾਹੀਦੀ ਐ ਸਾਨੂੰ ਵੀ ਸਾਡੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਐ ਸਭ ਤੋਂ ਪਹਿਲਾਂ ਭਗਵੰਤਮਾਨ ਸਾਹਿਬ ਤੱਕ ਮੰਤਰੀ ਸਾਹਿਬ ਤੱਕ ਕਿ ਤੁਸੀਂ ਦੇਖੋ ਵੋਟਾਂ ਤੋਂ ਪਹਿਲਾਂ ਬੜੇ ਵਾਅਦੇ ਕੀਤੇ ਸੀ ਅਸੀਂ ਦਿੱਲੀ ਵਾਲਾ ਮਾਹੌਲ ਬਣਾ ਦੇਾਂਗੇ ਅਸੀਂ ਇਦਾਂ ਕਰ ਦੇਾਂਗੇ ਅਸੀਂ ਉਦਾਂ ਕਰ ਦੇਾਂਗੇ ਤੁਹਾਡੇ ਤੋਂ ਕਿਸੇ ਤੁਸੀਂ ਕਿਸੇ ਕੋਈ ਬੰਦਾ ਜਿਨ੍ਹਾਂ ਨੇ ਤੁਹਾਨੂੰ ਵੋਟ ਪਾਈ ਕੋਈ ਪਉਏ ਦਾ ਵੀ ਆਵਾਜ਼ਾਰ ਹੈ ਨਹੀਂ ਵੀ ਕਿਸੇ ਨੂੰ ਤੁਸੀਂ ਬੋਤਲ ਦੇ ਕੇ ਵੋਟ ਪਾਈ ਤੁਸੀਂ ਕਹਿ ਨਹੀਂ ਸਕਦੇ ਵੀ ਹਾਂ ਅਸੀਂ ਬੋਤਲਾਂ ਵੰਡੀਆਂ ਸੀ ਅਸੀਂ ਪੈਸੇ ਵੰਡੇ ਸੀ ਫਿਰ ਲੋਕਾਂ ਨੇ ਸਾਨੂੰ ਵੋਟ ਪਾਈ ਆ ਤੁਹਾਨੂੰ ਵੋਟਾਂ ਨੇ ਪਤਾ ਲੋਕਾਂ ਨੇ ਵੋਟ ਕਿਉਂ ਪਾਈ ਆ ਮੁਫਤ ਵੋਟ ਕਿਉਂ ਪਾਈ ਆ ਇਹ ਸੋਚ ਕੇ ਕਿ ਨਹੀਂ ਯਾਰ ਸਾਡਾ ਹਾਲ ਪਹਿਲਾਂ ਨਾਲੋਂ ਬਹੁਤ ਵਧੀਆ ਹੋ ਜਾਊਗਾ ਤੇ ਬਾਈ ਜੀ ਜੇ ਤੁਹਾਡਾ ਵੀ ਹਾਲ ਜੇ ਤੁਹਾਡੀ ਸਰਕਾਰ ਦੇ ਵਿੱਚ ਵੀ ਆਹੀ ਕੁਝ ਹੋਣਾ ਤੇ ਫਿਰ ਸਾਨੂੰ ਤੁਹਾਡੀ ਸਰਕਾਰ ਬਣਾਈ ਦਾ ਕੀ ਫਾਇਦਾ ਸਾਨੂੰ ਨਹੀਂ ਚਾਹੀਦਾ ਫਿਰ ਇਹ ਜੇ ਇਹਨੂੰ ਤੁਸੀਂ ਦਿੱਲੀ ਮਾਡਲ ਕਹਿੰਦੇ ਹੋ ਨਾ ਜੇ ਇਹਨੂੰ ਤੁਸੀਂ ਦਿੱਲੀ ਮਾਡਲ ਕਹਿੰਦੇ ਹੋ ਵੀ ਆਹ ਦਿੱਲੀ ਮਾਡਲ ਹੈ ਨਹੀਂ ਚਾਹੀਦਾ ਸਾਨੂੰ ਇਹੋ ਜਿਹਾ ਦਿੱਲੀ ਮਾਡਲ ਸਾਡਾ ਪੰਜਾਬ ਮਨਨ ਪਹਿਲਾਂ ਨਾਲ ਪਹਿਲਾਂ ਅਰਗੇ ਸਾਨੂੰ ਠੀਕ ਆ ਅਸੀਂ ਚੱਲੀ ਤਾਂ ਜਾਂਦੇ ਸੀ ਨਾ ਤੁਸੀਂ ਐਡੇ ਵੱਡੇ ਸਾਨੂੰ ਸੁਪਨੇ ਵਿਖਾਤੇ ਆਏਗਾ ਤਾਂ ਉਹ ਜੇ ਆਪਣਾ ਕੋਈ ਇਹਦੇ ਖਿਲਾਫ ਬੋਲਦਾ ਜਾਂ ਇਹਦੇ ਇਸ ਇਹਦੇ ਉਲਟ ਜਾਂਦਾ ਹਸਪਤਾਲ ਦੇ ਉਲਟ ਜਾਂਦਾ ਬਾਅਦ ਚ ਤੁਸੀਂ ਮੁੱਕਰ ਜਾਂਦੇ ਹੋ ਤੇ ਮੈਨੂੰ ਦੱਸੋ ਵੀ ਆ ਜਿਹੜੇ ਇਹ ਬੰਦੇ ਹੈਗੇ 10 10 15 15000 ਰੁਪਏ ਲਾਉਣ ਵਾਲੇ ਤੇ ਮੇਰੀ ਸਮਾਜ ਸੇਵੀ ਭਰਾਵਾਂ ਨੂੰ ਬੇਨਤੀ ਹੈ ਭਾਈ ਜੀ ਜਿੰਨਾ ਚਿਰ ਆਪਾਂ ਇਕੱਠ ਨਹੀਂ ਨਾ ਕਰਦੇ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਜਿੰਨਾ ਚਿਰ ਆਪਾਂ ਇਕੱਠੇ ਹੋ ਕੇ ਇਹਨਾਂ ਪਰਿਵਾਰਾਂ ਦਾ ਕੋਈ ਹੱਲ ਨਹੀਂ ਕਰਦੇ ਉਹਨਾਂ ਚਿਰ ਬਾਈ ਜੀ ਇਹ ਹਾਲ ਹੈ ਰਹਿਣਾ ਤੇ ਇੱਕ ਚੀਜ਼ ਮੈਂ ਲਾਸਟ ਕਹਿਣੀ ਚਾਹੁੰਦਾ ਕੋੜੀ ਗੱਲ ਕਹੂੰਗਾ ਪਰ ਸੱਚੀ ਆਖੂੰਗਾ ਅੱਜ ਜੇ ਤੁਸੀਂ ਨਾਲ ਨਹੀਂ ਨਾ ਖੜਦੇ ਅੱਜ ਜੇ ਇਹਨਾਂ ਦਾ ਬੱਚਾ ਇਹਨਾਂ ਦਾ ਬੇਟਾ ਇਹਨਾਂ ਦੀ ਬੇਟੀ ਜੀ ਇੱਥੇ ਇਲਾਜ ਦੇ ਖੂਨੋਂ ਤੜਫ ਰਿਹਾ ਹੈ ਨਾ ਮਰ ਰਿਹਾ ਹੈ ਇਲਾਜ ਦੇ ਖੂਨੋਂ ਇੱਕ ਟਾਈਮ ਆਊਗਾ ਜਦੋਂ ਤੁਸੀਂ ਆਪਦਾ ਮਰੀਜ਼ ਇੱਥੇ ਚੱਕ ਕੇ ਲੈ ਕੇ ਆਉਂਗੇ ਨਾ ਤੁਹਾਨੂੰ ਵੀ ਇਲਾਜ ਦੇ ਖੂਨੋਂ ਤੜਫਣਾ ਪੈਣਾ ਮਰਨਾ ਪੈਣਾ ਉਸ ਦਿਨ ਤੁਸੀਂ ਸੋਚੋਗੇ ਕਿ ਕਾਸ਼ ਉਸ ਦਿਨ ਬੜੇ ਸਮਾਂ ਵੀ ਕਹਿੰਦੇ ਸੀ ਆਓ ਇਕੱਠ ਕਰੀਏ ਆਓ ਇਕੱਠ ਕਰੀਏ ਅਸੀਂ ਕੀਤਾ ਨਹੀਂ ਉਸ ਦਿਨ ਸੋਚੋਗੇ ਕਿ ਜੇ ਉਸ ਦਿਨ ਅਸੀਂ ਇਕੱਠ ਕਰ ਲੈਂਦੇ ਅੱਜ ਨੂੰ ਇਹਦੀ ਨੁਹਾਰਤ ਬਦਲੀ ਹੁੰਦੀ ਅੱਜ ਨੂੰ ਸਭ ਕੁਝ ਬਦਲਿਆ ਹੁੰਦਾ ਅੱਜ ਸਾਰਾ ਕੁਝ ਸੈੱਟ ਹੋ ਜਾਂਦਾ ਪਰ ਮੇਰੀ ਹਜੇ ਵੀ ਮੈਂ ਤਾਂ ਕੁਝ ਨਹੀਂ ਵਿਗੜਿਆ ਜਲਦੀ ਆਪਾਂ ਇਕੱਠੇ ਹੋਣ ਦਾ ਫੈਸਲਾ ਲਈਏ ਸਾਰੀਆਂ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਜਿੰਨੇ ਵੀ ਮੇਰੇ ਭਰਾ ਮੈਨੂੰ ਵੇਖ ਰਿਹਾ ਜੇ ਆਪਾਂ ਇਕੱਠੇ ਹੋਵਾਂਗੇ ਫੇਰ ਹੀ ਕੋਈ ਹੱਲ ਹੋਣਾ ਨਹੀਂ ਤੇ ਇਹ ਬੁੱਚੜਖਾਨਾ ਬੁੱਚੜਖਾਨੇ ਤੋਂ ਵੀ ਜ਼ਿਆਦਾ ਜਿਹੜਾ ਨੀਵਾ ਇਹਦਾ ਸਥਰ ਹੋ ਜਾਣਾ ਸਭ ਤੋਂ ਜ਼ਿਆਦਾ ਥੱਲੇ ਗਿਰ ਜਾਣਾ ਤੇ ਲਾਜ ਇੱਥੇ ਮਿਲ ਕਲ ਜੀ ਇਹੀ ਜਨ ਕਹਿਣਾ ਚਾਹੁੰਨਾ ਵੀ ਅੱਜ ਦੀ ਵੀਡੀਓ ਦੇ ਵਿੱਚ ਕਿ ਵੀ ਇੱਥੇ ਐਮ ਆਰ ਆਈ ਦੀਆਂ ਮਸ਼ੀਨਾਂ ਖਰਾਬ ਨੇ ਹੋਰ ਸਭ ਕੁਝ ਖਰਾਬ ਹੈ ਜਿਹੜੀਆਂ ਚੀਜ਼ਾਂ ਵਿਖਾਉਣ ਵਾਲੀਆਂ ਨੇ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਚੀਜ਼ਾਂ ਮੈਡੀਕਲ ਚ ਵਿਖਾਉਣ ਵਾਲੀਆਂ ਨੇ ਤੁਸੀਂ ਉਹ ਵਿਖਾਓ ਉਹ ਨਾ ਵਿਖਾਓ ਕਿ ਮਰੀਜ਼ ਥੱਲੇ ਪੂੰਜੇ ਪਏ ਉਹ ਪੂੰਜੇ ਪੈ ਕੇ ਗੁਜ਼ਾਰਾ ਕਰ ਲੈਣਗੇ ਪਰ ਉਹ ਬਿਨਾਂ ਟੈਸਟਾਂ ਤੋਂ ਬਿਨਾਂ ਇਲਾਜ ਤੋਂ ਗੁਜ਼ਾਰਾ ਨਹੀਂ ਕਰ ਸਕਦੇ ਸਾਨੂੰ ਪੂੰਜੇ ਪੈਣਾ ਮਨਜ਼ੂਰ ਹੈ ਪਰ ਸਾਨੂੰ ਸਾਡਾ ਇਲਾਜ ਪ੍ਰੋਪਰ ਤਰੀਕੇ ਨਾਲ ਚਾਹੀਦਾ ਤੇ ਮੇਰੀ ਬੇਨਤੀ ਹੈ ਜਰੂਰ ਉਹਨਾਂ ਤੱਕ ਮੇਰੀ ਵੀਡੀਓ ਪਹੁੰਚਾ ਦਿਓ ਤੇ ਹਰ ਇੱਕ ਘਰ